ਸਾਡਾ ਦਾਣਾ ਪਾਣੀ ਲਿਖਿਆ ਪਾਰ ਸਮੁੰਦਰਾਂ ਤੋਂ ਅਸੀਂ ਉਸੇ ਪਿੱਛੇ ਭੱਜਦੇ ਚੁਗਦੇ ਆ ਗਏ ਆਂ ਰਣਜੀਤ ਫੋਟੋ ਸਟੂਡੀਓ ਪੇਸ਼ ਕਰਦੇ ਹਨ ਪਿੰਡ ਚੰਦ ਨਵਾਂ ਤਹਿਸੀਲ ਵਾਹਗਾ ਪੁਰਾਣਾ ਜ਼ਿਲ੍ਹਾ ਮੋਗਾ ਦੇ ਇੱਕ ਝਲਕ ਅੱਜ ਵੀ ਪਿਆਰੇ ਨਿੱਕੀ ਇੱਟ ਦੇ ਚੁਬਾਰੇ ਉਹ ਉੱਚੇ ਦਰਵਾਜ਼ੇ ਸਾਡੇ ਬਾਬਿਆਂ ਉਸਾਰੇ ਉਹ ਚੂੜੀਦਾਰ ਥੰਮਲੇ ਤੇ ਬਣੀ ਸੀ ਜਵੇਲ ਉਹ ਥੰਦੇ ਜਿਹੇ ਕੌਲੇ ਕਿਸੇ ਚੋਇਆ ਹੋਣਾ ਤੇਲ ਲੈ ਕੇ ਤੂੜੀ ਦੀਆਂ ਪੰਡਾਂ ਉਹ ਕਰ ਕਰ ਵੜੀ ਲੋਹੜਾ ਬਣ ਕੇ ਜਵਾਨੀ ਸੀ ਜੋ ਪਿੰਡਿਆਂ ਤੇ ਚੜੀ ਸਦਾ ਕਾਮਯਾਬੀ ਨਿਕਲੇ ਜਨੂਨ ਵਿੱਚੋਂ ਜੀ ਦੱਸੋ ਪਿੰਡ ਕਿਹੜਾ ਕੱਢੇ ਸਾਡੇ ਖੂਨ ਵਿੱਚੋਂ ਜੀ ਦੱਸੋ ਪਿੰਡ ਕਿਹੜਾ ਕੱਢੇ ਸਾਡੇ ਖੂਨ ਵਿੱਚੋਂ ਜੀ ਦਿਲ ਜੱਟਾਂ ਦੇ ਪ੍ਰਾਂਤ ਨਹੀਂ ਓ ਹੌਸਲੇ ਦੀ ਹੱਦ ਸਾਨੂੰ ਦੀਵਿਆਂ ਦੀ ਕਾਲਖ ਪੈਗੰਬਰੀ ਤੋਂ ਵੱਧ ਇਹ ਬਾਬੇ ਦੀਆਂ ਤੁਕਾਂ ਅਸੀਂ ਪੜੀਆਂ ਤੇ ਰੱਟੀਆਂ ਧੀਆਂ ਜਈਆਂ ਸਾਨੂੰ ਨੇ ਕੱਪਾਂ ਦੀਆਂ ਛੱਟੀਆਂ ਆ ਗਏ ਪੂਰੇ ਪੈਰ ਸਾਡੇ ਧਰਤੀ ਨੂੰ ਮੇਚ ਅਸੀਂ ਹੱਸ ਹੱਸ ਕਹੀਏ ਸਾਡਾ ਟਿੱਬਿਆਂ ਦਾ ਦੇਸ ਸਾਨੂੰ ਮਿਲਿਆ ਕੀ ਭਾਰਤੀ ਕਾਨੂੰਨ ਵਿੱਚੋਂ ਜੀ ਦੱਸੋ ਪਿੰਡ ਕਿਹੜਾ ਕੱਢੇ ਸਾਡੇ ਖੂਨ ਵਿੱਚੋਂ ਜੀ ਦੱਸੋ ਪਿੰਡ ਕਿਹੜਾ ਕੱਢੇ ਸਾਡੇ ਖੂਨ ਵਿੱਚੋਂ ਜੀ ਸਾਨੂੰ ਮਰਜ਼ੀ ਤੋਂ ਉੱਤੇ ਸਦਾ ਪਾਣੇ ਸੋਣੀਏ ਤਾਂ ਹੀ ਦੁੱਖ ਲੱਗੀ ਜਾਂਦੇ ਨੇ ਮਖਾਣੇ ਸੋਣੀਏ ਕੋਈ ਬੱਚਿਆਂ ਦੀ ਖੇਡ ਏ ਜਹਾਨ ਲੱਗਦਾ ਹਾਏ ਨੀ ਚੁੰਨੀ ਤੇਰੀ ਜਿਹਾ ਅਸਮਾਨ ਲੱਗਦਾ ਕਦੇ ਛੱਡੇ ਨੀ ਉਹ ਹੱਕ ਕਦੇ ਚੱਕੇ ਨੀ ਉਹ ਫਾਇਦੇ ਅਸੀਂ ਸੱਥ ਚੋਂ ਪੜੇ ਨੇ ਸਦਾ ਜ਼ਿੰਦਗੀ ਦੇ ਕੈਦੇ ਕਦੇ ਸੋਨੇ ਦੀਆਂ ਮੋਹਰਾਂ ਕਦੇ ਖੋਟੇ ਆਨਿਆਂ ਜਿੱਥੇ ਖਿਲਰਿਆ ਚੋਗ ਉੱਥੇ ਚੁਗੀ ਜਾਂਦੇ ਜਹਾਜ ਚੜ ਗਏ ਆ ਉੱਠ ਕੇ ਸਕੂਨ ਵਿੱਚੋਂ ਜੀ ਦੱਸੋ ਪਿੰਡ ਕਿਹੜਾ ਕੱਢੇ ਸਾਡੇ ਖੂਨ ਵਿੱਚੋਂ ਜੀ ਦੱਸੋ ਪਿੰਡ ਕਿਹੜਾ ਕੱਢੇ ਸਾਡੇ ਖੂਨ ਵਿੱਚੋਂ ਜੀ।